ਪੰਜਾਬ ਉਹ ਧਰਤੀ ਜਿੱਥੇ ਸਾਰੇ ਧਰਮ ਇੱਕ ਦੂਜੇ ਨਾਲ ਪਿਆਰ ਅਤੇ ਭਾਈਚਾਰੇ ਨਾਲ ਰਹਿੰਦੇ ਨੇ, ਨਾ ਕਿਸੇ ਦਾ ਵੈਰ ਏ ਅਤੇ ਨਾ ਹੀ ਕਿਸੇ ਦਾ ਵਿਰੋਧ, ਜਿਸ ਦੀ ਮਿਸਾਲ ਇੱਕ ਵਾਰ ਫਿਰ ਤੋਂ ਦੇਖਣ ਨੂੰ ਮਿਲੀ ਏ ਹੁਸ਼ਿਆਰਪੁਰ ਦੇ ਪਿੰਡ ਖੈਰਾਬਾਦ 'ਚ, ਜਿੱਥੇ ਲੁਧਿਆਣਾ ਦੇ ਸ਼ਾਹੀ ਇਮਾਮ ਵੱਲੋਂ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸ਼ਾਹੀ ਇਮਾਮ ਨੇ ਪਿੰਡ 'ਚ ਬਣ ਰਹੇ ਗੁਰਦੁਆਰਾ ਸਾਹਿਬ ਦੀ ਪਹਿਲੀ ਟਰਾਈ, ਜਿਸ ਤੋਂ ਬਾਅਦ ਉਹਨਾਂ ਅਰਦਾਸ 'ਚ ਵੀ ਹਿੱਸਾ ਲਿਆ। ਆਪਸੀ ਭਾਈਚਾਰੇ ਕੀ ਜ਼ਿੰਦਾ ਮਿਸਾਲ ਆਪਕੋ ਪੰਜਾਬ ਸੇ ਮੈਂ ਲਾਈਵ ਦਿਖਾ ਰਹਾ ਹੂੰ। ਇਹ ਗੁਰਦੁਆਰਾ ਸਾਹਿਬ ਕਾ ਸੰਗੇ ਬੁਨਿਆਦ ਸ਼ਾਹੀ ਇਮਾਮ ਪੰਜਾਬ ਤੇ ਪਿੰਡ 'ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਦੇ ਨੀਂਹ ਪੱਥਰ ਲਈ ਆਪਸੀ ਭਾਈਚਾਰੇ ਦਾ ਸੁਨੇਹਾ ਦਿੰਦਿਆਂ ਪਿੰਡ ਵਾਸੀਆਂ ਨੇ ਸ਼ਾਹੀ ਇਮਾਮ ਨੂੰ ਸੱਦਾ ਦਿੱਤਾ, ਜਿਨ੍ਹਾਂ ਨੇ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦਿੰਦਿਆਂ ਪੰਜਾਬ ਦੇ ਖੈਰ ਸਲਾਮਤੀ ਦੀ ਦੁਆ ਕੀਤੀ। ਅੱਜ ਅਸੀਂ ਪਿੰਡ ਖੈਰਾਬਾਦ ਵਿਖੇ ਹਾਂ, ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ। ਪਿੰਡ ਦੇ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਨੀਂਹ ਪੱਥਰ ਜਿਹੜਾ ਉਹ ਰੱਖਿਆ ਗਿਆ। ਮੈਂ ਸਮਝਦਾ ਕਿ ਬਹੁਤ ਹੀ ਵੱਡਾ ਮੌਕਾ ਹੈ ਔਰ ਖੁਦਾ ਤਾਲਾ ਵੱਲੋਂ ਬਹੁਤ ਵੱਡੀ ਰਹਿਮਤ ਦਾ ਦਿਨ ਹੈ ਕਿ ਸਾਈਂ ਮੀਆਂ ਮੀਰ ਸਾਹਿਬ ਰਹਿਮਤੁੱਲਾ ਲਏ, ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ, ਉਹਨਾਂ ਦੀ ਯਾਦ ਨੂੰ ਇੱਕ ਵਾਰੀ ਫਿਰ ਜਿਹੜਾ ਉਹ ਖੈਰਾਬਾਦ ਪਿੰਡ ਦੇ ਵਾਸੀਆਂ ਨੇ ਜਿਹੜਾ ਉਹ ਤਾਜ਼ਾ ਕੀਤਾ। ਪੰਜਾਬ ਦੇ ਵਿੱਚ ਆਪਸੀ ਭਾਈਚਾਰਕ ਦੀ ਇਹ ਲਾਮਿਸਾਲ ਜਿਹੜੀ ਦਾਸਤਾਨ ਲਿਖੀ ਜਾ ਰਹੀ ਹੈ, ਇਹ ਪੂਰੀ ਦੁਨੀਆ ਨੂੰ ਹਮੇਸ਼ਾ ਹੀ ਮਿੱਠੀ ਹਵਾ ਦੇ ਤੌਰ 'ਤੇ, ਠੰਡੀ ਹਵਾ ਦੇ ਤੌਰ 'ਤੇ ਸੈਰਾਬ ਕਰਦੀ ਰਹੇਗੀ। ਇਸ ਮੌਕੇ ਦੇ ਉੱਤੇ ਮੈਂ ਗੁਰਦਿਆਲ ਸਿੰਘ ਜੀ ਦਾ ਬਹੁਤ ਬਹੁਤ ਰਿਣੀ ਹਾਂ ਔਰ ਪਿੰਡ ਦੀ ਸਾਰੀ ਪੰਚਾਇਤ ਦਾ, ਜਿਨ੍ਹਾਂ ਨੇ ਇਸ ਮੌਕੇ 'ਤੇ ਸਾਨੂੰ ਅੱਜ ਯਾਦ ਕੀਤਾ ਔਰ ਗੁਰਦੁਆਰਾ ਸਾਹਿਬ ਦੇ ਨੀਂਹ ਪੱਥਰ ਸਮਾਗਮ ਦੇ ਵਿੱਚ ਸਾਨੂੰ ਸ਼ਮੂਲੀਅਤ ਦਾ ਮੌਕਾ ਦਿੱਤਾ। ਅਤੇ ਸਾਰੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸਰਵ ਧਰਮ ਦੇ ਏਕਤਾ ਦੇ ਨਾਲ ਅੱਗੇ ਵੱਧਦੇ ਹੋਏ ਭਾਰਤ ਦੀ ਫਿਰਕੂ ਤਾਕਤਾਂ ਦਾ ਮੁਕਾਬਲਾ ਕੀਤਾ ਔਰ ਹਮੇਸ਼ਾ ਹੀ ਲੋਕਾਂ ਨੂੰ ਆਪਸੀ ਭਾਈਚਾਰਕ, ਸਾਂਝ, ਪਿਆਰ ਔਰ ਮੁਹੱਬਤ ਦਾ ਸੰਦੇਸ਼ ਦਿੱਤਾ ਹੈ। ਅੱਜ ਪਿੰਡ ਖੈਰਾਬਾਦ ਤੋਂ ਇੱਕ ਵਾਰ ਫਿਰ ਸਾਰੇ ਸੰਤ ਮਹਾਰਾਜ ਜਿਹੜੇ ਆਏ ਨੇ, ਨਿਹੰਗ ਜਥੇਬੰਦੀਆਂ ਆਏ ਨੇ, ਸਾਡੇ ਹੁਸ਼ਿਆਰਪੁਰ ਦੇ DFO ਸਾਹਿਬ ਆਏ ਨੇ, ਇਹਨਾਂ ਸਾਰਿਆਂ ਨੇ ਜੋ ਪਿਆਰ ਦਾ ਪੈਗਾਮ ਜਿਹੜਾ ਇਕੱਠੇ ਹੋ ਕੇ ਅੱਜ ਦਿੱਤਾ, ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਤ ਕੇਵਲ ਜੀ ਮੇਰੇ ਨਾਲ ਮੌਜੂਦ ਨੇ, ਸਾਡੇ ਵੱਡੇ ਭਰਾ ਨੇ, ਅਤੇ ਮੈਂ ਸਮਝਦਾ ਕਿ ਸਾਈਂ ਮੀਆਂ ਮੀਰ ਸਾਹਿਬ ਰਹਿਮਤੁੱਲਾ ਅਲੈਹ ਦੀ ਜਿਹੜੀ ਯਾਦ ਅਸੀਂ ਸਾਰਿਆਂ ਨੇ ਮਿਲ ਕੇ ਤਾਜ਼ਾ ਕੀਤੀ ਹੈ, ਇਸੀ ਤਰ੍ਹਾਂ ਅੱਗੇ ਵੱਧਦੇ ਰਹਾਂਗੇ ਔਰ ਪੰਜਾਬ ਦੇ ਲਈ ਸਾਰੇ ਲੋਕ ਮਿਲ ਕੇ ਹਮੇਸ਼ਾ ਇਸ ਗੱਲ ਨੂੰ ਯਾਦ ਰੱਖਣ ਕਿ ਸਾਨੂੰ ਆਪਸ 'ਚ ਸਾਡੀ ਮਾਂ ਬੋਲੀ ਜੋੜਦੀ ਹੈ ਔਰ ਅਸੀਂ ਸਾਰੇ ਮਿਲ ਕੇ ਪੰਜਾਬ ਦੇ ਲਈ, ਆਪਣੇ ਆਪਣੇ ਧਰਮਾਂ ਦੇ ਲਈ ਆਪਸੀ ਭਾਈਚਾਰਕ ਸਾਂਝ ਨੂੰ ਬਿਲਕੁਲ ਮਜ਼ਬੂਤ ਰੱਖੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਜਿਹੜਾ ਹੋਰ ਵਾਧਾ ਫੁੱਲਦਾ ਰਹੇ। ਇਸ ਦੌਰਾਨ ਪਿੰਡ ਵਾਸੀਆਂ ਨੇ ਸ਼ਾਹੀ ਇਮਾਮ ਦੇ ਪਹੁੰਚਣ 'ਤੇ ਨਾ ਸਿਰਫ ਖੁਸ਼ੀ ਜਿਤਾਈ ਸਗੋਂ ਉਹਨਾਂ ਦਾ ਧੰਨਵਾਦ ਵੀ ਕੀਤਾ। ਪਿੰਡ ਵਾਸੀਆਂ ਮੁਤਾਬਕ ਇਸ ਪਵਿੱਤਰ ਦਿਹਾੜੇ 'ਤੇ ਜਦੋਂ ਪਿੰਡ 'ਚ ਗੁਰੂ ਘਰ ਦੀ ਸਥਾਪਨਾ ਦਾ ਕੰਮ ਸ਼ੁਰੂ ਹੋਇਆ ਤਾਂ ਉਹ ਖੁਦ ਨੂੰ ਭਾਗਾਂ ਵਾਲਾ ਸਮਝ ਰਹੇ ਨੇ। ਜਿਵੇਂ ਕਦੇ ਇਸ ਧਰਤੀ 'ਤੇ ਸਾਂਝੀ ਵਾਲਤਾ ਦਾ ਪੈਗਾਮ ਦਿੰਦੇ ਹੋਏ ਇੱਕ ਓਂਕਾਰ ਦਾ ਨਾਦ ਜਿੱਥੋਂ ਧੁਨ ਗੂੰਜਦੀ ਹੈ, ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸਾਂਝੀ ਵਾਲਤਾ ਦਾ ਘਰ, ਉਸ ਘਰ ਦੀ ਜਿਹੜੀ ਨੀਂਹ ਪੱਥਰ ਹੈ ਉਹ ਸਾਨੂੰ ਦੇਖਣ ਨੂੰ ਨਸੀਬ ਨਹੀਂ ਸੀ ਹੋਇਆ, ਕਿਉਂਕਿ ਬਹੁਤ ਉਹ ਸਦੀਆਂ ਪਹਿਲਾਂ ਇਹ ਵਰਤਾਰਾ ਉਦੋਂ ਪਾਤਸ਼ਾਹ ਨੇ ਵਰਤਾਇਆ ਸੀ, ਪਰ ਅੱਜ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਕਿ ਸਾਡੇ ਗੁਰੂ ਘਰ ਦਾ ਨੀਂਹ ਪੱਥਰ ਸ਼ਾਹੀ ਇਮਾਮ ਮੁਸਲਮਾਨ ਭਾਈਚਾਰੇ ਤੋਂ ਜਿਹੜੇ ਸਰਮੌਰ ਨੇ, ਆਗੂ ਨੇ, ਉਹਨਾਂ ਤੋਂ ਰਖਾ ਕਰਕੇ ਅੱਜ ਸਾਈਂ ਮੀਆਂ ਮੀਰ
ਤੇ ਮੇਰੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰਤਾਰੇ ਨੂੰ ਅੱਜ ਪਾਤਸ਼ਾਹ ਨੇ ਤਾਜ਼ਾ ਕੀਤਾ। ਮੇਰੇ ਕੋਲ ਸ਼ਬਦ ਨਹੀਂ ਹਨ, ਮੈਂ ਕਿਹੜੇ ਸ਼ਬਦ ਬਿਆਨ ਕਰਾਂ। ਸੰਗਤਾਂ ਦਾ ਧੰਨਵਾਦ ਕਰਾਂ, ਮੈਂ ਗੁਰੂ ਪਾਤਸ਼ਾਹ ਦਾ ਧੰਨਵਾਦ ਕਰਾਂ ਕਿ ਸ਼ਾਹੀ ਇਮਾਮ ਸਾਹਿਬ ਦਾ ਧੰਨਵਾਦ ਕਰਾਂ। ਔਰ ਜਿੱਥੇ ਅੱਜ ਇੱਥੇ ਸੰਤ ਮਹਾਂਪੁਰਸ਼ ਆਏ ਉੱਥੇ ਸਾਡੇ 'ਚ ਬੁੱਧੀਜੀਵੀ ਡਾਕਟਰ ਲਖਵੀਰ ਸਿੰਘ ਜੀ DHO ਸਾਹਿਬ ਵੀ ਬਿਰਾਜਮਾਨ ਹੈ, ਜਿਹੜੇ ਸੱਚਮੁੱਚ ਮਨੁੱਖਤਾ ਦੀ ਸੇਵਾ ਕਰਦੇ ਨੇ। ਸੋ ਅੱਜ ਮੈਂ ਧੰਨ ਗੁਰੂ ਰਵਿਦਾਸ ਪਾਤਸ਼ਾਹ ਜੀ ਦਾ ਕੋਟ ਕੋਟ ਧੰਨਵਾਦ ਹੈ। ਇਸ ਮੌਕੇ ਹੁਸ਼ਿਆਰਪੁਰ ਤੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਵੀ ਪਹੁੰਚੇ, ਜਿਨ੍ਹਾਂ ਨੇ ਕਿਹਾ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਨੀਂਹ ਪੱਥਰ ਨੇ ਮੁੜ ਤੋਂ ਸਾਬਿਤ ਕਰ ਦਿੱਤਾ ਹੈ ਕਿ ਧਰਮ ਤੋੜਦਾ ਨਹੀਂ ਸਗੋਂ ਜੋੜਦਾ ਹੈ। ਇੱਥੇ ਸਭ ਤੋਂ ਵੱਡੀ ਗੱਲ ਜਿਹੜੀ ਦੇਖਣ ਨੂੰ ਆਈ ਹੈ, ਨੀਂਹ ਪੱਥਰ ਤਾਂ ਬਹੁਤ ਦੇਖੇ ਆ, ਫਾਊਂਡੇਸ਼ਨ ਸਟੋਨ ਹਰ ਜਗ੍ਹਾ ਰੱਖੇ ਜਾਂਦੇ ਆ, ਪਰ ਜਿਹੜੀ ਧਰਮ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਹੋਣ ਦੀ ਜਿਹੜੀ ਰੱਬ ਵਾਲਾ ਕਨਸੈਪਟ ਸਿਖਾਉਂਦਾ ਆ, ਉਹਦਾ ਅਮਲੀ ਜਾਮਾ ਪਹਿਨਾਇਆ, ਉਹਦਾ ਪ੍ਰੈਕਟੀਕਲ ਰੂਪ ਦੇਖਣ ਨੂੰ ਮਿਲਿਆ। ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੀ ਨਾ, ਉਹਨਾਂ ਦੇ ਸ਼ਬਦ ਹੈ, ਕੋਈ ਭਇਓ ਮੁੰਡੀਆ ਸੰਨਿਆਸੀ ਕਉ ਜੋਗੀ ਭਇਓ, ਕਉ ਬ੍ਰਹਮਚਾਰੀ ਕਉ ਜਤੀ ਅਨੁਮਾਨ ਬੋ, ਹਿੰਦੂ ਤੁਰਕ ਕਉ ਰਾਫਜ਼ੀ ਇਮਾਮ ਸਾਫ਼ੀ ਮਾਨੁਸ਼ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਵੋ, ਉਹਦਾ ਰੂਪ ਦੇਖਣ ਨੂੰ ਮਿਲਿਆ। ਨਹੀਂ ਤਾਂ ਕਈ ਜਗ੍ਹਾ ਇੱਦਾਂ ਲੱਗਦਾ ਵੀ ਧਰਮ ਜਿਹੜਾ ਆ ਉਹ ਜੁੱਦਾਂ ਦਾ ਕਾਰਨ ਵੀ ਕਈ ਜਗ੍ਹਾ ਬਣਿਆ, ਪਰ ਧਰਮ ਦਾ ਜਿਹੜਾ ਅਸਲੀ ਸਰੂਪ ਆ, ਜਿਹੜਾ ਕਿ ਆ ਧਰਮ ਜੋੜਦਾ ਹੈ ਤੋੜਦਾ ਨਹੀਂ, ਉਹਦਾ ਸਰੂਪ ਮਿਲ ਰਿਹਾ। ਔਰ ਸਾਰੇ ਇਕੱਠੇ ਹੋ ਕੇ ਮੈਨੂੰ ਲੱਗਦਾ ਵੀ ਪਰਮਾਤਮਾ ਅੱਲਾ ਪਾਕ ਵੀ ਖੁਸ਼ ਹੋ ਰਿਹਾ ਵੀ ਜਿਹੜਾ ਮੇਰਾ ਸੱਚੀ ਸੰਦੇਸ਼ ਆ ਉਹਦਾ ਅਮਲੀ ਜਾਮਾ ਪਹਿਨਾ ਰਹੇ ਆ, ਇੱਕ ਗੁਰਦੁਆਰਾ ਸਾਹਿਬ ਦਾ ਨੀਂਹ ਵੀ ਰੱਖ ਰਿਹਾ ਜਿੱਥੇ ਕਮ ਸੇ ਕਮ ਇਬਾਦਤ ਲਈ ਇਕੱਠੇ ਹੋਣਾ ਰੱਬ ਦੇ ਨਾਂ ਤੇ ਇਕੱਠੇ ਹੋਣ, ਤੇ ਉਹਦੇ ਤੋਂ ਬਾਅਦ ਫਿਰ ਕੰਮਾਂ ਕਾਰਾਂ 'ਚ ਵੀ ਇਕੱਠੇ ਹੋ ਜਾਣਗੇ, ਸਾਰੀ ਸੈਰੇਮਨੀਜ਼ ਵਿੱਚ ਵੀ ਇਕੱਠੇ ਹੋਣਗੇ। ਤੋ ਭਾਈ ਸਾਹਿਬ ਸਾਡੇ ਗੁਰਦਿਆਲ ਸਿੰਘ ਜਿਹਦਾ ਨਾਂ ਵਿਸ਼ੇਸ਼ ਰੂਪ 'ਚ ਮੈਂ ਲੈਣਾ ਨਹੀਂ ਭੁੱਲਣਾ ਚਾਹੁੰਦਾ, ਜਿਹੜਾ ਬਹੁਤ ਹੀ ਇੰਨੀ ਸ਼ਿੱਦਤ ਨਾਲ ਇੰਨੀ ਸਤਿਕਾਰ ਇੰਨਾ ਇੰਨੇ ਦਿਲੋਂ ਕੀਤਾ, ਤਾਂ ਉਹ ਭਗਤਾਂ ਦਾ ਯਾਦ ਆਉਂਦਾ ਜਿਹੜੇ ਸ਼੍ਰੀ ਰਾਮ ਲਈ ਵੀ ਸ਼ਬਰੀ ਕਿੱਦਾਂ ਉਹ ਝਾੜੂ ਹੀ ਫਿਰਦੀ ਰਹੀ ਗਲੀਆਂ 'ਚ ਵੀ ਕਦੇ ਆਉਣਗੇ। ਸੋ ਇਹ ਇਹਨਾਂ ਨੇ ਵੀ ਪੂਰਾ ਆਪਣਾ ਭਗਤੀ ਦਾ ਔਰ ਪਿਆਰ ਦਾ ਸ਼ਰਧਾ ਦਾ ਜਿਹੜਾ ਪ੍ਰਮਾਣ ਦਿੱਤਾ, ਇਹਨਾਂ ਨੂੰ ਵੀ ਸਤਿਗੁਰੂ ਬਹੁਤ ਆਸ਼ੀਰਵਾਦਾਂ ਨਾਲ ਨਵਾਜ਼ਣ, ਔਰ ਜਿੰਨੀ ਵੀ ਹੋਰ ਕਮੇਟੀ ਹੈ ਜਿਨ੍ਹਾਂ ਦੇ ਨਾਂ ਨਹੀਂ ਲਈ ਜਾ ਸਕਦੇ ਉਹ ਸਾਰੇ ਹੀ ਬਹੁਤ ਹੀ ਖੁਸ਼ੀਆਂ ਮਾਨਣ, ਔਰ ਇਸ ਗੁਰਦੁਆਰਾ ਸਾਹਿਬ 'ਚੋਂ ਵੀ ਜੋ ਸ਼੍ਰੀ ਗੁਰੂ ਰਵਿਦਾਸ ਮਹਾਂ ਸੰਤਾਂ ਦਾ ਸਤਿਗੁਰੂ ਦਾ ਸੀ ਸੰਦੇਸ਼, ਏਕਤਾ ਸਾਂਝੀਵਾਲਤਾ ਭਾਈਚਾਰੇ ਦਾ ਔਰ ਅਪਲਿਫਟਮੈਂਟ ਦਾ ਜਿਹੜਾ ਹੇਠਾਂ ਡਾਊਨ ਟਰੋਡਨ ਆ ਉਹ ਸੰਦੇਸ਼ ਦੇ ਵੱਲ ਹੀ ਸਾਰੇ ਸਮਰਪਿਤ ਰਹਿਣ ਸਾਰੀ ਜ਼ਿੰਦਗੀ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਚਾਹੁੰਦਾ। ਤਾਂ ਵਾਕਿਆ ਹੀ ਏਕ ਭਾਵੁਕ ਕਰ ਦੇਣ ਵਾਲਾ ਨਜ਼ਾਰਾ ਤਾਂ ਜਾਪਿਆ ਹੀ, ਨਾਲ ਹੀ ਇਹਨਾਂ ਤਸਵੀਰਾਂ ਨੇ ਪੰਜਾਬ 'ਚ ਫੁੱਟ ਪਾਉਣ ਵਾਲੀਆਂ ਤਾਕਤਾਂ ਨੂੰ ਵੀ ਇੱਕ ਵਾਰ ਮੁੜ ਤੋਂ ਸੁਨੇਹਾ ਦਿੱਤਾ ਹੈ ਕਿ ਇਸ ਧਰਤੀ ਨੂੰ ਕਦੇ ਵੀ ਧਰਮਾਂ ਦੇ ਨਾਮ 'ਤੇ ਤੋੜਿਆ ਨਹੀਂ ਜਾ ਸਕਦਾ। ਉਮੀਦ ਹੈ ਕਿ ਇਹ ਤਸਵੀਰਾਂ ਅਤੇ ਨਜ਼ਾਰੇ ਸਦਾ ਬਰਕਰਾਰ ਰਹਿਣਗੇ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ TV।